अस्सलाम वालेकुम जी, अस्सलात वस्सलाम अलैका या सैयदी रसूल अल्लाह व अला आलिक व सहाबा या सैयदी हबीब अल्लाह। वेलकम हो गया जी पिजन कॉर्नर चैनल दे विच दोस्तों। ऐ भाई जान अपने वीर ने छोटे पट्टी वाला शौक करदे भाजी हुनी जनाब। अपना नाम की भाजी? अब्दुल रऊफ भाई शौक करदे सारे पट्टी वाले कबूतरां दा। नाल इहनां दे भाई की नाम जी? मोहम्मद बिलाल। ते आ अपने अहमद भाई? राणा हैदर भाई जनाब। ये मतलब कि अपना इथे लागे ही रहिंदे आ ते अस्सलाम वालेकुम जी पिजन कॉर्नर चैनल। ऐ सर भाई हुणा दा कबूतर है ना बच्चा, पट्टी वाला ढांगी वाला, मेरे को आके ढांगी ते बह गया, इसमें फट गया बच्चा, बहुत अच्छा माशाल्लाह। बाकी भाजी हुणी देखो भाई जान बच्चा तुहाडा आया, तुहाडे को मैं कोई पैसों की डिमांड की, अगर मैं मंगदा भी तुसीं दे देणे सी, इंजी है ना, अगर मैं पैसे मंगदा कि भाजी मैनूं इन्ने पैसे चाहिए आ तो तुसीं देने, चल उन्ने ना दिने, थोड़े तो देने सी है ना। लेकिन गल हैगी पिजन कॉर्नर चैनल का हमेशा यही रिवाज रहा वा कि दोस्तों के मतलब कि शौक नूं प्रमोट करिए, ठीक आ। अगर देना सीगा तो फोन किया भाई नूं, अगर ना देना हुंदा तो फोन ही ना करो। ਇਹ ਗੱਲ ਸਹੀ ਆ ਇੱਕ ਪਾਸੇ ਜੀ। ਇਹ ਤੁਹਾਡਾ ਬਹੁਤ ਪਿਆਰ ਆ ਮਾਸ਼ਾਅੱਲਾ, ਅਸੀਂ ਇਸ ਗੱਲ ਤੋਂ ਬਹੁਤ ਖੁਸ਼ ਆ ਕਿ ਤੁਸੀਂ ਲੋਕਾਂ ਨੂੰ ਸ਼ੌਕ ਕਰਵਾ ਰਹੇ ਹੋ, ਠੀਕ ਆ। ਇਹ ਬੜੀ ਅੱਛੀ ਸੋਚ ਆ ਤੁਹਾਡੀ, ਜਿਹੜਾ ਕਿ ਤੁਸੀਂ ਜਿੱਦਾਂ ਪਿਛਲੇ ਦਿਨਾਂ ਤੁਹਾਡੇ ਨਾਲ ਕਿੱਡਾ ਜ਼ਿਆਦੀ ਕੀਤੀ, ਉਹ ਵੀ ਤਾਂ ਕਬੂਤਰਬਾਜ਼ ਹੀ ਸੀਗਾ ਜਿਹਨੇ ਤੁਹਾਡੇ ਕੋਲ ਪੈਸੇ ਲਏ। ਤੁਸੀਂ ਕਿਹਾ ਭਾਈ ਕੋਈ ਨੀ ਤੁਸੀਂ ਲੈ ਲਓ। ਇਹ ਵੀਡੀਓ ਸਾਈਡ ਤੇ ਚੱਲਣ ਦੀ ਆ ਜੀ, ਇਹ ਵੀਡੀਓ ਮੈਂ ਸਾਈਡ ਤੇ ਚਲਾਉਂਗਾ ਇਸ ਵੀਡੀਓ ਦੇ। ਹਾਂਜੀ ਸਾਈਡ ਤੇ ਵੀਡੀਓ ਚੱਲਣ ਦੀ ਆ, ਦੇਖ ਲਓ ਇਹ ਮੁੰਡੇ ਆ ਸਰ, ਇਹ ਜਿਹੜੇ ਉੱਤੇ ਨੁੱਕਰ ਤੇ ਵੀਡੀਓ ਚੱਲਣ ਦੀ ਆ। ਮਕਸਦ ਗੱਲ ਕਰਨ ਦਾ ਇਹ ਆ ਨਾ ਦੇਣ ਭਾਜੀ ਬੱਚਾ, ਫੋਨ ਕੀਤਾ ਜਾਂ ਤਾਂ ਫੋਨ ਨਾ ਕਰਨ, ਜਾਂ ਕਰਤਾ ਤੁਸੀਂ ਕਿਹਾ ਭਾਜੀ ਮੈਂ 5000 ਲੈਣਾ, ਮੈਂ ਕਹਿੰਦਾ ਕਿ ਭਾਜੀ ਮੈਂ 500 ਦੇਣਾ ਜਾਂ 1000 ਦੇਣਾ, ਤੁਹਾਡੇ ਬਾਰੇ 'ਚ ਹੁੰਦਾ ਦਿਓ। ਲੇਕਿਨ ਫੋਨ ਦੇ ਉੱਤੇ ਤੁਸੀਂ ਗਾਲਾਂ ਕੱਢਦੇ, ਸਿਰਫ ਮੇਰਾ ਮੇਰਾ ਕਸੂਰ ਇਹ ਹੈ ਕਿ ਮੈਂ ਯੂਟਿਊਬ ਤੇ ਸਾਕੀ ਭਾਈ ਆ ਜੀ। ਅਸਲਾਮ ਅਲੈਕਮ ਜੀ, ਪਿਜਨ ਕਾਰਨਰ ਚੈਨਲ ਗੱਲਾਂ ਕਰਨਾ, ਤੇਰੇ ਕੋਲ ਪੈਸੇ ਨਹੀਂ ਦੇਣੇ ਤੈਨੂੰ, ਪੈਸੇ ਨਹੀਂ ਦੇਣੇ, ਚੈਲੰਜ ਵੀ ਕੀਤਾ ਤੇ ਭਾਜੀ ਮੇਰਾ ਨਾਮ ਮੰਡੂ ਹੀ ਲਾਓ, ਇਹੀ ਬੱਚਾ ਮੈਂ ਡਾਉਂਗਾ, ਠੀਕ ਆ। ਇੱਕ ਪਰ ਦਾ ਬੱਚਾ, ਤੁਸੀਂ ਵੀ ਇੱਕ ਪਰ ਦਾ ਬੱਚਾ ਆਪਣੇ ਉਸਤਾਦਾਂ ਦਾ ਡਾ ਲਓ, ਜਿੱਥੇ ਮਰਜ਼ੀ 125 ਖੜਾ ਕਰਕੇ ਮੇਰੇ ਨਾਲ ਲਾ ਲਓ, ਗੱਲ ਤਾਂ ਇਹ ਹੋਈ ਹੈ ਨਾ। ਹੁਣ ਇਹ ਭਾਈ ਹੁਣਾਂ ਦਾ ਬੱਚਾ ਆ, ਬੜੇ ਪਿਆਰ ਨਾਲ ਇਹਨਾਂ ਨੂੰ ਫੋਨ ਕੀਤਾ, ਇਹ ਭਾਈ ਮੈਨੂੰ ਦੋਸਤ ਨੇ ਮੈਸੇਜ ਕੀਤਾ ਸਾਕੀ ਭਾਈ ਕਬੂਤਰਬਾਜ਼ ਨੂੰ ਰਿਸਪੈਕਟ ਕਰਿਆ ਕਰੋ, ਰਿਸਪੈਕਟ ਕਰਦੇ ਹੋ, ਮੱਲੇਦਾਰ ਸੀਗੇ ਤਾਂ ਬਾਹਰ ਬਹਿ ਜੀਦਾ ਸੀ, ਬਾਕੀ ਅੰਦਰ ਬਿਠਾ ਕੇ ਭਾਈ ਹੁਣਾਂ ਨੂੰ ਰੋਜ਼ੇ ਆ, ਇਸ ਲਈ ਮੈਂ ਇਹਨਾਂ ਨੂੰ ਪੁੱਛਣਾ ਕੋਈ ਨਹੀਂ, ਕਿਉਂਕਿ ਸਾਡਾ ਰੋਜ਼ਾ ਹੋਵੇ ਭਾਵੇਂ ਨਾ ਹੋਵੇ, ਲੇਕਿਨ ਅਸੀਂ ਤਾਂ ਵੀ ਨਹੀਂ ਪੁੱਛਣਾ ਹੈਗਾ। ਤੇ ਇਹ ਭਾਜੀ ਦਾ ਬੱਚਾ ਸ਼ੋਅ ਕਰਾ ਦਿਓ ਭਾਜੀ ਬੱਚੇ ਦਾ, ਤੇ ਇਨਸ਼ਾਅੱਲਾ ਇਹਦਾ ਪਾਰਕ ਹੁੰਦਾ ਜਿਹੜਾ ਹੈ ਨਾ ਭਾਜੀ, ਹੁਣੀ ਭਾਵਾਂ ਕਹਿਣ ਘੰਟਾ ਅੱਧਾ ਘੰਟਾ ਉੱਠਦਾ, ਮੈਂ ਇਹਦਾ ਪਾਰਕ ਹੁੰਦਾ ਦੇਖ ਕੇ ਕਹਿ ਸਕਦਾ, ਇੰਨਾ ਤਜਰਬਾ ਹੈਗਾ, ਇਹ ਬੱਚਾ ਇਹਨਾਂ ਨੂੰ ਨਜ਼ਾਰੇ ਕਰਾਏਗਾ ਇਨਸ਼ਾਅੱਲਾ। ਇਹ ਪਾਰਕ ਹੁੰਦਾ ਵਾ ਸਾਰੇ ਕੜੀ ਪਾਈ ਸੀਗੀ, ਇਹ ਆਤਫ ਭਾਈ ਦੱਸਿਆ ਤੁਸੀਂ, ਅਬਦੁਲ ਰਊਫ ਭਾਈ, ਅਬਦੁਲ ਰਊਫ ਭਾਈ ਬਹੁਤ ਮਿਹਰਬਾਨੀ ਸਰ, ਤੁਸੀਂ ਸਾਡੇ ਕੋਲ ਆਏ ਸੀ, ਫੋਨ ਕੀਤਾ, ਸਾਰਾ ਬੱਚਾ ਦਿੱਤਾ। ਇਹ ਉੱਤੇ ਸ਼ਰਾਰਤੀ ਬੱਚਿਆਂ ਦਾ ਵੀ ਦੇਖ ਲਓ, ਜਿਹੜੇ ਗਾਲਾਂ ਗਲੋਚ ਵੀ ਕਰਦੇ, ਲੇਕਿਨ ਖਦਾਰਾ ਮੈਂ ਇਹੀ ਕਹਿੰਦਾ ਕਬੂਤਰਬਾਜ਼ੀ ਨੂੰ, ਸ਼ੌਕ ਨੂੰ, ਪਿਆਰ ਮੁਹੱਬਤ ਦਾ ਸ਼ੌਕ ਰੱਖੋ, ਬਿਲਕੁਲ ਪ੍ਰਮੋਟ ਕਰੋ ਸ਼ੌਕ ਨੂੰ ਵਧਾਓ, ਤਾਂ ਕਿ ਦੋਸਤ ਜਿਹੜੇ ਆ ਉਹ ਮਤਲਬ ਵੱਧ ਚੜ ਕੇ ਨਾਲ ਤਾਵਨ ਕਰਨ, ਔਰ ਦੂਸਰੇ ਬੰਦਿਆਂ ਤੋਂ ਕੋਈ ਜਨਾ ਕੋਈ ਜਾਨਵਰ ਆ ਜਾਂਦਾ ਵਾ ਭਾਈ, ਉਹਨਾਂ ਨੂੰ ਦੇ ਦਿਆ ਕਰੋ, ਹਰ ਬੰਦੇ ਦਾ ਜਿਹੜਾ ਸ਼ੌਕ ਯਾਰ ਪੈਸਿਆਂ ਦਾ ਹੀ ਦੇਣ। ਲੇਕਿਨ ਦੇਖੋ ਇੱਕ ਤਰੀਕਾ ਵਾ ਭਾਈ, ਉਹਨਾਂ ਨੂੰ ਫੋਨ ਕਰੋ ਭਾਜੀ ਮੈਂ 1000 ਰੁਪਇਆ ਲੈਣਾ, ਇਹ ਕਹਿਣ ਯਾਰ ਸ਼ੌਕ ਨਾ ਖਰਾਬ ਕਰਨ, ਇਹ ਕਹਿਣਗੇ ਭਾਜੀ ਨਹੀਂ ਮੈਂ 1000 ਨਹੀਂ ਦੇਣਾ ਜੀ, ਮੈਂ 300 ਦੇਣਾ, ਜੇ ਯਾਰ 300 ਰੁਪਇਆ ਬਹੁਤ ਹੁੰਦਾ ਮੇਰੇ ਸਮੇਂ ਦਾ, ਤੁਸੀਂ 300 ਰੁਪਇਆ ਲੈ ਕੇ ਦੇ ਦਿਓ, ਤੁਹਾਡੇ 3 ਦਿਨ ਦਾ ਦਾਣਾ ਬਣ ਜਾਂਦਾ ਵਾ, ਜੇ 1000 ਕੋ ਭਰ ਸਕਦਾ ਹੁੰਦਾ ਯਾਰ 1000 ਰੁਪਇਆ ਦੇ ਦੇ, ਉਹ 1000 ਦਿੰਦਾ ਠੀਕ ਹੈ, ਲੇਕਿਨ ਬਦਤਮੀਜ਼ੀ ਨਾ ਕਰੇ ਨਾ ਕਰ। ਸਾਕੀ ਭਾਈ ਜਿਹੜਾ ਬੰਦਾ ਕਬੂਤਰਾਂ ਦੇ ਦਾਣੇ ਨਾ ਪੂਰੇ ਕਰ ਸਕਦਾ, ਸ਼ੌਕ ਹੀ ਨਾ ਕਰੇ, ਲੋਕਾਂ ਦੇ ਫੜ ਕੇ ਭੈ ਜਾਓ ਤੁਸੀਂ, ਉਹ ਸੇਲ ਆਊਟ ਕਰਕੇ ਦਾਣੇ ਤੁਸੀਂ ਕਰਨੇ ਆ ਤੇ ਉਹ ਕੋਈ ਸ਼ੌਕ ਨਹੀਂ ਹੁੰਦਾ ਹੈਗਾ ਭਾਜੀ। ਉਹ ਵੀ ਗੱਲ ਕੋਈ ਨਹੀਂ, ਹਰ ਬੰਦੇ ਦਾ ਸ਼ੌਕ ਆ, ਮੈਂ ਵੀ ਕਰਦਾ ਚਿੜੀ ਮਾਰੀ, ਬੜੇ ਬੜੇ ਦੋਸਤਾਂ ਵੱਡੇ ਵੱਡੇ ਕਰਦੇ, ਲੇਕਿਨ ਗੱਲ ਹੈਗੀ ਇਹ ਬੱਚਾ ਅਗਰ ਉਸਤਾਦਾਂ ਦੇ ਜਾਂਦਾ ਨਾ, ਮੇਰੇ ਕੋ ਲਖਵਾ ਲਓ ਇੱਥੇ, ਉਹ ਕਬੂਤਰ ਨਹੀਂ ਦਿੰਦੇ ਵਾਪਸ, ਉਹ ਕਹਿੰਦੇ ਇੱਕ ਤਾਂ ਆਇਆਂ ਨੂੰ ਚਾਹ ਪਿਲਾਓ, ਉੱਤੋਂ ਕਬੂਤਰ ਦਿਓ ਫ੍ਰੀ, ਠੀਕ ਹੈ ਨਾ। ਲੇਕਿਨ ਇਹ ਮਾੜੀਆਂ ਚਿੜੀ ਮਾਰਾਂ ਦੀਆਂ ਛੱਤਾਂ ਤੋਂ ਤੁਹਾਨੂੰ ਕਬੂਤਰ ਵਾਪਸ ਮਿਲਣਗੇ, ਇਹ ਮੇਰਾ ਗਰੰਟੀ ਆ, ਹਮੇਸ਼ਾ ਚਿੜੀ ਮਾਰ ਕੋਲੋਂ ਵਾਪਸ ਮਿਲੂ, ਲੇਕਿਨ ਕਿਸੇ ਉਸਤਾਦ ਦੀ ਛੱਤ ਤੋਂ ਕਬੂਤਰ ਨਹੀਂ ਮਿਲੇਗਾ, ਜਾਂ ਦੜਬੀਆਂ ਤੋਂ ਲੱਭੂਗਾ ਤੁਹਾਨੂੰ। ਸਾਡੀ ਦੁਆ ਵਾ ਸਾਰੇ ਕਬੂਤਰ ਵਾਲ ਭਾਈਆਂ ਵਾਸਤੇ ਕਿ ਯਾਰ ਨਾ ਇੱਕ ਦੂਸਰੇ ਨਾਲ ਤਾਵਨ ਕਰਿਆ ਕਰਨ, ਠੀਕ ਨਾ, ਔਰ ਪਿਆਰ ਨੂੰ ਬਦ ਕਰਨ, ਇੱਕ ਦੂਸਰੇ ਦਾ ਸ਼ੌਕ ਪ੍ਰਮੋਟ ਕਰਨ, ਠੀਕ ਨਾ, ਇੱਕ ਦੂਸਰੇ ਨਾਲ ਪਿਆਰ ਕਰਨ। ਬਹੁਤ ਸ਼ੁਕਰੀਆ ਭਾਜੀ, ਬਹੁਤ ਸ਼ੁਕਰੀਆ ਸਰ ਤੁਹਾਡਾ, ਬਹੁਤ ਮਿਹਰਬਾਨੀ ਭਾਜੀ। ਦੁਆਵਾਂ 'ਚ ਯਾਦ ਰੱਖਿਓ, ਇਹ ਉੱਤੇ ਜਿਹੜੀ ਵੀਡੀਓ ਚੱਲਣ ਦੀ ਆ, ਇਹਨੇ ਵੀ ਤਸੱਲੀ ਨਾਲ ਦੇਖ ਲਈਓ, ਤੇ ਥੋੜੀਆਂ ਲਾਂਤਾਂ ਪਾ ਦਿਓ, ਤਾਂ ਕਿ ਅੱਗੇ ਤੋਂ ਇਹਤਿਆਤ ਹੋਵੇ ਕਿ ਕਿਸੇ ਨਾਲ ਬਦਤਮੀਜ਼ੀ ਨਹੀਂ ਕਰਨੀ, ਕਬੂਤਰ ਦੇਣ ਨਾ ਦੇਣ। ਅੱਲਾ ਹਾਫਿਜ਼ ਜਜ਼ਾਕ ਅੱਲਾ। ਅਸਲਾਮ ਵਾਲੇਕਮ ਜੀ ਪਿਜਨ ਕਾਰਨਰ ਚੈਨਲ 'ਚ ਭਾਜੀ, ਉਹ ਇੱਕ ਮਿੰਟ ਪੈਸੇ ਨਹੀਂ ਦੇਣੇ ਤੈਨੂੰ, ਪੈਸੇ ਨਹੀਂ ਦੇਣੇ। ਅਸਲਾਮ ਵਾਲੇਕਮ ਜੀ ਪਿਜਨ ਕਾਰਨਰ ਚੈਨਲ 'ਚ ਵੈਲਕਮ ਹੋ ਗਿਆ ਭਾਈ ਜਾਨ। ਇਹ ਭਾਜੀ ਹੁਣੀ ਆ ਜੀ, ਇਹ ਚੋਰ ਸਾਹਿਬ ਮੋਟਰਸਾਈਕਲ 'ਤੇ ਬੱਚਾ ਦੇਣ ਆਏ ਸੀਗੇ, ਭੱਜ ਗਏ ਆ, ਉਹ ਸਪੀਡ ਲਓ ਜੀ। ਇਹ ਕੰਮ ਹੁੰਦੇ ਆ ਮੇਰੇ ਵੀਰ, ਉਹ ਏਡੀ ਆਕੜ ਨਾ, ਇੱਥੇ ਜਾਲ, ਅਤੇ ਇਹ ਹਾਜੀ ਸਾਹਿਬ ਨੇ ਸਰ ਲਿਆ ਬੱਚਾ, ਮੈਂ ਤਾਂ ਮਨਾ ਕਰਤਾ ਸੀ, ਹਾਜੀ ਸਾਹਿਬ ਨੇ ਨੰਬਰ ਮੇਰੇ ਕੋਲ ਲੈ ਕੇ, ਤੇ ਫਿਰ ਮਤਲਬ ਕਿ ਫੋਨ ਕੀਤਾ ਇਹਨਾਂ ਨੂੰ। ਅੱਛਾ, ਇਹੀ ਸੀਗਾ ਹਾਈ ਸਾਹਿਬ। ਹਾਈ ਸਾਹਿਬ ਬੱਚਾ ਆਪਾਂ ਲੈ ਲਿਆ, ਕਿੰਨੇ ਪੈਸੇ ਦਿੱਤੇ ਇਹਨਾਂ ਨੂੰ? 2000 ਰੁਪਇਆ ਭਾਈ ਸਾਡੇ ਕੋਲ ਲੈ ਕੇ ਗਏ
कबूतर भाई जो असि हाई साहब जो तुसी फोन कर दे किसी नू आगे फ्री लेंदे कि नहीं लेंदे जी मैं चंगो रेसी कबूतर फड़िया 220 किलोमीटर दी रेस चुड़िया मेरे को व्हाट्सएप नंबर पिया कार च आए अच्छा ਉਹਨਾਂ ਨੂੰ ਬੋਤਲ ਪਿਆਈ ਉਹਨਾਂ ਨੂੰ ਪੁੱਛਿਆ ਖਾਣਾ ਕੀ ਆ ਕਬੂਤਰ ਉਹਨਾਂ ਨੂੰ ਫ੍ਰੀ ਦਿੱਤਾ ਅੱਛਾ ਗੱਲ ਇਹ ਜਦੋਂ ਸਾਡੇ ਨਾਲ ਇਦਾਂ ਹੁੰਦੀ ਆ ਫਿਰ ਅਸੀਂ ਕੀ ਕਰਨਾ ਵਾ ਦੱਸੋ ਦੇਖੋ ਜੀ ਫਿਰ ਸਾਨੂੰ ਲੋਕ ਕਹਿੰਦੇ ਚਿੜੀ ਮਾਰ ਆਹ ਸਾਖੀ ਭਾਈ ਵੀ ਖੜਾ ਹਾਈ ਸਾਹਿਬ ਦੇ ਨਾਲ ਆਪਣੇ ਨਾਲ ਭਾਈ ਦਨਾਨ ਵੀ ਆਏ ਆ ਅਸੀਂ ਕਬੂਤਰ ਬਾਦ ਸ਼ੂਗਰ ਮੇਲੇ ਲਈ ਆਏ ਆਹ ਹਾਈ ਸਾਹਿਬ ਵੀ ਖੜੇ ਅਸੀਂ ਸਿਰਫ ਬੰਦਾ ਦੇਖਣ ਲਈ ਆਏ ਆ ਬੰਦਾ ਕਿਹੜਾ ਜਿਹੜਾ ਕਬੂਤਰ ਫੜ ਕੇ ਕਹਿੰਦਾ 2000 ਹੀ ਲੈਣਾ 2000 ਰੁਪਇਆ ਲਿਆ 2000 ਦੀ ਵੀ ਗੱਲ ਕੋਈ ਨਹੀਂ ਵੀਡੀਓ ਬੰਦ ਕਰਾਈ ਲੇਕਿਨ ਮੈਂ ਵੀਡੀਓ ਬਣਾਉਣ ਦਾ ਮਕਸਦ ਪਤਾ ਕੀ ਸੀ ਇਹਨੇ ਕੀਤੀ ਸੀ ਬਦਤਮੀਜ਼ੀ ਮੈਂ ਹੁਣ ਵੀਡੀਓ ਦੇ ਵਿੱਚ ਜ਼ਿਕਰ ਕਰਨਾ ਸੀਗਾ ਕਿ ਯਾਰ ਤੁਸੀਂ ਮਤਲਬ ਕਿ ਜੋ ਹੈਗੇ ਆ ਨਾ ਉਹ ਮਤਲਬ ਕਿ ਹਾਈ ਸਾਹਿਬ ਤੁਸੀਂ ਫੜਾਉਣਾ ਹੀ ਨਹੀਂ ਸੀਗਾ ਤੁਸੀਂ ਮੈਂ ਫਿਰ ਆਪ ਹੀ ਇਹਨਾਂ ਨਿਬੜ ਲੈਣੀ ਸੀ ਲੇਕਿਨ ਤੁਸੀਂ ਆ ਸਰ ਜੀ ਆ ਦੇਖੋ 3 ਨੰਬਰ ਬੱਚਾ ਵਾ ਜੀ ਕੜੀਆਂ ਲਾ ਲਈਆਂ ਇਹਦੀਆਂ ਇਹਨਾਂ ਨੇ ਓਏ ਹੋਏ ਉਹ ਟੈਲੀਫੋਨ ਨੰਬਰ ਵਾਲੀ ਮੇਰੀ ਲਾ ਲਈ ਆ ਜੀ ਆ 3 ਨੰਬਰ ਬੱਚੇ ਦੀ ਕੜੀ ਹੈਗੀ ਆ ਇਹ ਸਰ ਕੰਮ ਆ ਬੱਚੇ ਦੀ ਮੱਤ ਵੀ ਦੇਖੋ ਕਿੱਦਾਂ ਮਾਰੀ ਆ ਇਹ ਗੁਲਸ਼ਨ-ਏ-ਹਰਮ ਆ ਕੀ ਹੈ ਇਹ ਗੁਲਸ਼ਨ-ਏ-ਰਫੀਕ ਟਾਊਨ ਜੀ ਗੁਲਸ਼ਨ-ਏ-ਰਫੀਕ ਆ ਗੋਲ ਚੌਂਕ ਦੇ ਵਿੱਚ ਉਹਨਾਂ ਨੇ ਆਪਣਾ ਘਰ ਵੀ ਨਹੀਂ ਸਾਨੂੰ ਇਸੇ ਦਾ ਘਰ ਦੱਸੀ ਤੋਂ ਦੇਖ ਲੈਣਾ ਸਾਨੂੰ ਪਤਾ ਕਿੱਥੇ ਆ ਲੇਕਿਨ ਇਹ ਕੰਮ ਸਰ ਕਰਦੇ ਜਦੋਂ ਹੁਣ ਮੇਰੇ ਆ ਲਾਇਆ ਤਾਂ ਫਿਰ ਮੈਂ ਤੇ ਅਸੀਂ ਚ ਭਾਜੀ ਬੋਤਲ ਵੀ ਹਾਈ ਸਾਹਿਬ ਪਲਾਈ ਦੀ ਆਪਾਂ ਉਹਨੂੰ ਪੁੱਛੀਦਾ ਭਾਜੀ ਖਾਣਾ ਵੀ ਖਾਣਾ ਇੰਜ ਹੀ ਨਹੀਂ ਤੇ ਮੇਰੇ ਕੋ ਹੁਣ ਭਾਈ ਸਾਹਿਬ ਕਿੱਥੇ ਦੇਈਦਾ ਆ ਜਾਂਦਾ ਵਾ ਪਰ ਬਾਜ਼ੀ ਆ ਆ ਡੇਗ ਜਾਂਦੇ ਤੇ ਕੋਈ ਦੀ ਕੱਲ ਇਹ ਵੀ ਚਲੋ ਕੋਈ ਗੱਲ ਨਹੀਂ ਸਰ ਜੀ ਅੱਛਾ ਆਹੀ ਲੱਗਾ ਹੋਇਆ ਸੀਗਾ ਅਸਲੇ ਚ ਮੈਂ ਹਨਾ ਲੈਣਾ ਨਹੀਂ ਸੀਗਾ ਲੈਣ ਦੀ ਵਜ੍ਹਾ ਇਹ ਕਿ ਮੈਂ ਇਹ ਇਹਨਾਂ ਦੇ ਹੱਥੀ ਰਹਿਣ ਦਿੰਨੇ ਸੀ ਦਿਨ ਚ ਤੇ ਇਹਨੇ ਖਾਦਾ ਵੀ ਕੁਛ ਨਹੀਂ ਹੋਣਾ ਚੈੱਕ ਕਰੋ ਜਰਾ ਇਹਨਾਂ ਖਾਦਾ ਚਿੜੀ ਮਾਰੀ ਹੁੰਦੀ ਭਾਈ ਇਹਨੇ ਖਾਣਾ ਹੀ ਨਹੀਂ ਅੱਜੀ ਸਾਹਿਬ ਮੈਂ ਕਿ ਕਬੂਤਰ ਗੁਜਰਾਤ ਦੋਸਤ ਨੂੰ ਦਿੱਤਾ ਮੈਨੂੰ ਕਹਿੰਦਾ ਯਾਰ 2 ਦਿਨ ਹੋ ਗਏ ਖਾਂਦਾ ਕੁਛ ਨਹੀਂ ਮੈਂ ਕਹਿੰਦਾ ਖਾਣਾ ਹੀ ਨਹੀਂਗਾ ਕੁਛ ਵੀ ਐ ਸਰ ਛੋਕ ਕਰ ਲਓ ਬੱਚੇ ਦਾ ਇੱਕ ਪਾਰ ਹੁਣ ਸਿੱਟਿਆ ਇਹਨੇ ਬੱਚੇ ਨੇ ਬਹੁਤ ਸ਼ੁਕਰੀਆ ਦੋਸਤੋ ਅਸੀਂ ਆ ਬੱਚਾ ਤਾਂ ਲੈ ਲਿਆ 2000 ਰੁਪਈਆ ਵੀ ਦੇਤਾ ਹੁਣ ਪਤਾ ਨਹੀਂ ਇਹਨੇ ਮਰਨਾ ਕਿ ਜੀਣਾ ਲੇਕਿਨ ਲੈ ਚੱਲੇ ਕਿ ਆਪਣੇ ਘਰ ਦੀ ਨਸਲ ਨਹੀਂ ਅਸੀਂ ਕਿਸੇ ਨੂੰ ਦੇਣੀ ਬਹੁਤ ਸ਼ੁਕਰੀਆ ਦਵਾਵਾਂ ਯਾਦ ਰੱਖੋ ਅੱਲਾ ਹਾਫਿਜ਼ ਅਸਲਾਮ ਅਲੈਕਮ ਜੀ ਵੈਲਕਮ ਹੋ ਗਿਆ ਪਿਜਨ ਕਾਰਨਰ ਚੈਨਲ ਦੇ ਵਿੱਚ ਦੋਸਤੋ ਖੁਸ਼ ਆਮਦੀਦ ਹੋ ਗਿਆ ਆਪਣੇ ਨਾਲ ਹਰਸ਼ਦਾਰ ਸਾਹਿਬ ਬੈਠੇ ਨੇ ਤੇ ਚੋਲੀ ਦਨਾਨ ਸਾਹਿਬ ਬੈਠੇ ਨੇ ਜਨਾਬ ਤੇ ਆਹ ਸਰ ਸਾਖੀ ਭਾਈ ਆਹ ਸਾਡਾ 3 ਨੰਬਰ ਬੱਚਾ ਭਾਈ ਸਾਹਿਬ ਕੀ ਕੀਤਾ ਇਹਨੇ ਸਾਡੇ ਨਾਲ ਇਹਨੇ ਅੱਜ ਸਾਡੇ ਨਾਲ ਨਾ ਕੋਈ ਕੰਮ ਖਰਾਬ ਹੀ ਕੀਤਾ ਸਾਡਾ 2000 ਰੁਪਇਆ ਲਵਾਇਆ ਇਹਨੇ ਅੱਜ ਇਹ 2000 ਦੇ ਕੇ ਲਿਆਂਦਾ ਵਾ ਤੇ ਜਿਹੜੇ ਬੰਦੇ ਨੇ ਬਦਤਮੀਜ਼ੀ ਵੀ ਕੀਤੀ ਸੀ ਨਾ ਮੈਂ ਸਿਰਫ ਲਿਆ ਇਸੇ ਤੋਂ ਤਾਂ ਕਿ ਉਹਦੇ ਮਕਰੂਹ ਚਿਹਰੇ ਦੇਖ ਲਈਏ ਅਸੀਂ ਤੁਹਾਨੂੰ ਚਿਹਰੇ ਵੀ ਉਹਦੇ ਦਿਖਾਉਂਦੇ ਆ ਵੀਡੀਓ ਦੇ ਵਿੱਚ ਦੇਖ ਲਈਓ ਤੁਸੀਂ ਸਾਰੇ ਤੇ ਉੱਥੇ ਸਾਡੇ ਨਾਲ ਫਿਰ ਬਹਿਸ ਵੀ ਹੋ ਗਈ ਲੇਕਿਨ ਅਸੀਂ ਫਿਰ ਨਹੀਂ ਕੀਤੀ ਬਹਿਸ ਆ ਗਈ ਕਿਉਂਕਿ ਕਮ ਅਜ਼ ਕਮ ਕਬੂਤਰਬਾਜ਼ ਜਿਹੜੇ ਹਨਾ ਕਬੂਤਰਬਾਜ਼ ਜਾਂ ਸ਼ੌਕੀਨ ਲੋਕ ਇਹ ਕੰਮ ਨਹੀਂ ਕਰਦੇ ਇਹ ਸ਼ਕਲਾਂ ਇਹਨਾਂ ਦੀਆਂ ਦੇਖ ਲਈਓ ਤੁਸੀਂ ਠੀਕ ਆ ਮਤਲਬ ਖਾਂਦੇ ਪੀਂਦੇ ਘਰਾਂ ਦੇ ਨਿਆਣੇ ਆ ਜੀ ਲੇਕਿਨ ਬੋਲਣ ਦੀ ਤਹਿਜ਼ੀਬ ਨਹੀਂ ਹੈਗੀ ਤਮੀਜ਼ ਨਹੀਂ ਹੈਗੀ ਇਹਨਾਂ ਨੂੰ ਚਾਹੀਦਾ ਵਾ ਕਿ ਇਹਨਾਂ ਦੀ ਮਤਲਬ ਕਿ ਇਨਸਾਨ ਜਦੋਂ ਬੋਲਦਾ ਆਪਣੇ ਅਲਫਾਜ਼ ਮੈਂ ਵੀ ਗੱਲ ਕਰਦਾ ਵਾਂ ਮੈਂ ਆਪਣੇ ਵਾਲਦਿਆਂ ਦੀ ਤਬੀਅਤ ਦੱਸਦਾ ਕਿ ਕੈਸੀ ਹੋਈ ਹੈ ਕਬੂਤਰਾਂ ਨੂੰ ਗੋਲੀ ਮਾਰੋ ਸਰ ਨਹੀਂ ਬੰਦਾ ਮੇਰੇ ਕੋਲ ਕਿਸੇ ਨੂੰ ਦੇਖਦਾ ਹੋਵੇ ਨਾ ਸਰਦੀ ਭਾਈ ਫਿਰ ਹੋਰ ਚੀਜ਼ ਹਾਂਜੀ ਜੇ ਅਗਰ ਸਾਹਮਣੇ ਆਏ ਬੰਦੇ ਨਾਲ ਬਦਤਮੀਜ਼ੀ ਕਰਨੀ ਹੈ ਤੇ ਬੇਵਕੂਫੀ ਅਸੀਂ ਲੈਣ ਵੀ ਗਏ ਤਾਂ ਬਦਤਮੀਜ਼ੀ ਕੀਤੀ ਹੈ ਬਦਤਮੀਜ਼ੀ ਹੁਣ ਅੱਲਾ ਮਾਫੀ ਦੇ ਵੀ ਉਹ 2 ਜਣੇ ਸੀ ਅਸੀਂ 3 ਜਣੇ ਇਹ ਕਬੂਤਰਾਂ ਬਦਲੇ ਮੈਂ ਅਕਸਰ ਕਹਿੰਦਾ ਉਹਨਾਂ ਦੋਸਤੋ ਲੜਾਈ ਨਹੀਂ ਹੋਣੀ ਚਾਹੀਦੀ ਇਹ ਖੰਭਾਂ ਦੀ ਮੋਟਾ ਇਹਨੇ ਪਤਾ ਨਹੀਂ ਅੱਛਾ ਮੈਂ ਪਹਿਲੇ ਵੀ ਕਿਹਾ ਸੀਗਾ ਕਿ ਇਹਨੇ ਖਾਣਾ ਕੁਛ ਨਹੀਂ ਲੇਕਿਨ ਆ ਮਾਸ਼ਾਅੱਲਾ ਪੋਰਟ ਦੇ ਵਿੱਚ ਹਨਾ ਹੈਗਾ ਹਲਕਾ ਜਿਹਾ ਬਾਜਰਾ ਪਤਾ ਨਹੀਂ ਉਹ ਭੌਂ ਰਿਹਾ ਡੀਏ ਤਾਂ ਆਵੇ ਖਰਾਬ ਹੋ ਗਿਆ ਇਹ ਬੱਚਾ ਜੀ ਹਾਈ ਸਾਹਿਬ ਸ਼ੌਕ ਕਰਾਓ ਜੀ ਬੱਚੇ ਦਾ ਇਹ ਦੇਖੋ ਮੱਤ ਫੜ ਫੜ ਕੇ ਸਾਰੀ ਦਿਹਾੜੀ ਪਤਾ ਨਹੀਂ ਲੋਕਾਂ ਨੂੰ ਹਾਈ ਸਾਹਿਬ ਦਿਖਾਉਂਦੇ ਰਹੇ ਬੱਚਾ ਇਹ ਕਦੀ ਕਿਸੇ ਨੂੰ ਫੜ ਕੇ ਦਿੰਦੇ ਵੀ ਆ ਸਾਕੀ ਦਾ ਬੱਚਾ ਫੜ ਲਿਆ ਜੀ ਇਹ ਸਰ ਚੈੱਕ ਕਰੋ ਬੱਚਾ 3 ਨੰਬਰ ਜਨਾਬ ਸਾਕੀ ਭਾਈ ਇਹਦਾ ਨਾਂ ਜੰਗੀ ਘੋੜਾ ਰੱਖੋ ਜੰਗੀ ਘੋੜਾ ਜੀ ਹਾਈ ਸਾਹਿਬ ਨੇ ਨਾਮ ਰੱਖਤਾ ਜੰਗੀ ਘੋੜਾ ਇਹ ਬੱਚੇ ਦਾ ਪੱਲਾ ਵਾ ਜੀ ਇੱਕ ਪਰ ਹੁਣ ਸਿੱਟਿਆ ਇਹਨੇ ਹਾਈ ਸਾਹਿਬ ਇੱਕ ਪਰ ਦਾ ਪਹਿਲੇ ਪਰ ਨਜ਼ਰ ਆ ਰਿਹਾ ਭਾਈ ਸਾਹਮਣੇ ਨਜ਼ਰ ਆ ਇੱਕ ਪਰ ਦਾ ਬੱਚਾ ਵਾ ਜੀ ਪਹਿਲੀ ਪਰਵਾਜ਼ ਇਹਦੀ 10:00 ਦੀ ਦੂਸਰੀ ਪਰਵਾਜ਼ ਇਹਦੀ 11:12 12:39 ਦੀ ਤੀਸਰੀ ਪਰਵਾਜ਼ ਸਰ ਇਹਦੀ ਇਹ ਪਾਣੀ ਦਿੱਤਾ ਇਹਨੂੰ ਮੈਂ ਕੱਚਾ ਪਾਣੀ ਦਿੱਤਾ ਸਰ ਪਰਵਾਜ਼ ਹਜੇ ਪੱਕੀਆਂ ਫੜਕਾਂ 'ਚ ਕਬੂਤਰ ਆਇਆ ਨਹੀਂ ਸੀ ਬੱਚਾ ਡਿੱਗਣ ਦੀ ਵਜ੍ਹਾ ਹੈ ਕੜੀ ਵੀ ਉਹਨਾਂ ਨੇ ਲਾ ਲਈ ਸਰ ਰੰਗ ਵੀ ਦਿਖਾ ਦਿਉ ਫਿਰ ਮੁੜ ਕੇ ਕੋਈ ਫੜੇ ਤਾਂ ਅਸੀਂ ਇਹਨੂੰ ਲੈਣ ਨਹੀਂ ਜਾਣਾ ਸਿਰਫ ਲੈਣ ਜਾਣ ਦੀ ਸਾਡੀ ਵਜ੍ਹਾ ਹੀ ਇਹ ਸੀਗੀ ਕਿ ਅਸੀਂ ਉਹ ਬੰਦੇ ਤੋਂ ਦੇਖੀਏ ਜਿਹੜੇ ਬੱਚੇ ਇੱਦਾਂ ਦੀਆਂ ਹਰਕਤਾਂ ਕਰਦੇ ਹੁਣ ਦੇਖੋ ਮੇਰੇ ਕੋਲ ਇੱਕ ਕੜੀ ਵਾਲਾ ਟੈਲੀਫੋਨ ਨੰਬਰ ਕੜੀ ਵਾਲਾ ਦਿਨਾਨ ਭਾਈ ਮੈਂ ਬੱਚਾ ਫੜਿਆ ਨੀਵੀਂ ਵਾਲਾ ਉਹ ਹੁਣ ਸਵੇਰ ਨੂੰ ਫੋਨ ਕਰਕੇ ਹਾਂ ਹੁਣ ਅਸੀਂ ਉਹਨੂੰ ਮੈਂ ਭਾਈ ਨੀਵੀਂ ਦਾ ਸ਼ੌਕ ਕਰਦੇ ਹਾਂ ਨਾਲ ਉੱਚੀ ਦਾ ਵੀ ਕਰਦੇ ਮੈਂ ਉਹਨੂੰ ਕਿਹਾ ਬੱਚਾ ਤੁਸੀਂ ਲੈ ਲਓ ਫਿਰ ਮੇਰੇ ਜ਼ਿਹਨ 'ਚ ਮੈਂ ਕਿਹਾ ਉਹਦੇ ਟੈਲੀਫੋਨ ਨੰਬਰ ਕੜੀ ਪਾਈ ਸੀ ਫੋਨ ਕਰਕੇ ਦੇ ਦਾਂ ਜੋੜੇ ਦਿਖਾ ਤੇ ਆਹ ਬੱਚੇ ਲੈ ਲਓ ਆਹ ਦੇਖ ਲਓ ਮੈਂ ਉਹਨਾਂ ਨੂੰ ਨਾਸੀ ਦੀ ਬਰੀਡ ਕਿਹਾ ਮੈਂ ਕਿਹਾ ਆਹ ਲੈ ਲਓ
ਬੰਦੇ ਦੇਖਣੇ ਆ ਦੋ ਹਜ਼ਾਰ ਰੁਪਈਆ ਦੀ ਗੱਲ ਕੋਈ ਨਹੀਂ ਇਹ ਹੈ ਕੌਣ ਕੱਲ ਨੂੰ ਹੋ ਸਕਦਾ ਇਹ ਵੀਡੀਓ ਦੇ ਵਿੱਚ ਹੀ ਤੁਸੀਂ ਦੇਖ ਲਿਓ ਤੁਹਾਨੂੰ ਪਤਾ ਲੱਗ ਜੂਗਾ ਤੇ ਕਿਹੜੇ ਬੱਚੇ ਆ ਲੇਕਿਨ ਇਹਨਾਂ ਨੇ ਗਲਤ ਕੀਤਾ ਸਾਡੇ ਨਾਲ ਫੇਰ ਵੀ ਬਦਤਮੀਜ
याद किए। ठीक हो गया सर, मैं लग गया पता जी, मैं लग गया पता है, हाई साहब ने वीडियो भेज देगा साढ़े को, आ बच्चे लै लो, आ बच्चे लै लो, है देखो आ बच्चे कहते रहे लै लो। अच्छे कबूतर सके जी, दुआवां दी याद रखो दोस्तों, इदा के कबूतर पालों को असं तो डरते हैं भाई, बचना चाहिए वा ना जान, लेकिन जान तो लेकिन थोड़ी जी तमीज़ के दायरे चलो। फोन करो तुम यदा लख रुपया मंग लो ननान भाई, तुम कहो जी मैं लख रुपया लेना, मेरी पहुँच मैं भाजी मैं 500 देना, थोड़े बारे चाहे दे दौ, नहीं बारे चाहे तो कोई जरूरत नहीं हैगी बहस की, लेकिन यार बदतमीजी करना, वह फलाने वो तेरे कबूतर डिगन के साढ़े जाना बड़ा फनकार बनता है। छत वा जी बंद जेदी छत गया, यह छत चेक कर लो, आ मुंडिया दिन शक्ल भी देख रही हो, यह उन्हों की छत वा जी जिते जाके बच्चा डिगया वा, मेरे में कोई जाल वा ता ही डिगया, तो बाकी सर बहुत मेहरबानी सर, कोई गलती हो गई तो माजरे चाहते से। अस्सलाम वालेकुम जी पिजन कॉर्नर चैनल जी, भाजी एक मिनट पैसे नहीं देने, तेन पैसे नहीं देने, बहुत शुक्रिया।